ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਵੀਂ ਪਰਤੀਆਂ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਤੁਹਾਡੀ ਸੈਲਰੀ ਵੀ ਬਹੁਤ ਵਧੀਆ ਰਹਿਣ ਵਾਲੀ ਹੈ ਉਹ ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣ ਵਾਲੇ ਨਹੀਂ ਜੀ ਸੋ ਭਰਤੀਆਂ ਮਾਈਟ ਵੀ ਕੱਟ ਹੋਣ ਲੇਕਿਨ ਤੁਹਾਡੇ ਲਈ ਬਹੁਤ ਹੀ ਲੋੜਿੰਦੀਆਂ ਮਤਲਬ ਬਹੁਤ ਹੀ ਜ਼ਰੂਰੀ ਭਰਤੀਆਂ ਨੇ ਸੋ ਤੁਸੀਂ ਜਰੂਰ ਇੱਕ ਵਾਰੀ ਜਾ ਕੇ ਚੈੱਕ ਕਰ ਲੈਣਾ ਅਗਰ ਤੁਸੀਂ ਐਲੀਜੀਬਲ ਹੁੰਦੇ ਹੋ ਤਾਂ ਅਪਲਾਈ ਵੀ ਜਰੂਰ ਕਰ ਲੈਣਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰ ਕੰਪਲੀਟ ਪ੍ਰੋਸੈਸ ਜਿਹੜਾ ਹੈ ਉਹ ਦੱਸਾਂਗਾ ਤਾਂ ਕਿ ਤੁਹਾਡਾ ਕੋਈ ਡਾਊਟ ਨਾ ਰਵੇ ਔਰ ਤੁਸੀਂ ਇਹਨੂੰ ਸਮਾਂ ਰੈਂਦੇ ਅਪਲਾਈ ਵੀ ਕਰ ਸਕੋ ਸੋ ਸਭ ਤੋਂ ਪਹਿਲਾਂ ਤੁਹਾਨੂੰ ਮੈਚ ਆਉਂਦਾ YouTube ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਸਕੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਸਾਡੀ ਵੈਬਸਾਈਟ ਜੋ ਕਿ www.cleri.com ਹੈ ਤੁਸੀਂ ਉਸ ਨੂੰ ਇੱਕ ਵਾਰੀ ਚੈੱਕ ਕਰ ਸਕਦੇ ਹੋ ਜਿਸ ਦੇ ਵਿੱਚ ਡੇਲੀ ਬੇਸਿਸ ਤੇ ਜਿੰਨੀਆਂ ਵੀ ਰਿਕਰੂਟਮੈਂਟ ਨੋਟੀਫਿਕੇਸ਼ਨਸ ਹੁੰਦੀਆਂ ਨੇ ਅਸੀਂ ਆਪਣੀ ਵੈਬਸਾਈਟ ਤੇ ਅਪਡੇਟ ਕਰਦੇ ਹੀ ਰਹਿੰਦੇ ਹਾਂ ਵੀਡੀਓ ਮਾਈਟ ਵੀ ਦਿਨ ਦੇ ਵਿੱਚ ਇੱਕ ਜਾਂ ਦੋ ਹੀ ਬਣ ਪਾਉਂਦੀਆਂ ਨੇ ਅਪਲੋਡ ਹੋ ਪਾਉਂਦੀਆਂ ਨੇ ਲੇਕਿਨ ਨੋਟੀਫਿਕੇਸ਼ਨ ਜੇ ਅਗਰ ਜਿਹੜੀ ਸੈਂਟਰ ਜਾਂ ਸਟੇਟ ਨੂੰ ਮਲਾ ਕੇ ਦੇਖੀਏ ਤਾਂ 5 ਤੋਂ 10 ਨਵੇਂ ਨੋਟੀਫਿਕੇਸ਼ਨ ਆ ਜਾਂਦੇ ਨੇ ਚਾਹੇ ਪ੍ਰਾਈਵੇਟ ਕੰਪਨੀਆਂਜ਼ ਦੇ ਵਿੱਚ ਹੋਣ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਹੋਣ ਸੋ ਤੁਸੀਂ ਜਿਹੜੇ ਨੇ ਉੱਥੋਂ ਜਾ ਕੇ ਹਰ ਇੱਕ ਇਨਫੋਰਮੇਸ਼ਨ ਜਿੱਦਾ ਕਿ ਅਪਲਾਈ ਮੂਡ ਐਪਲੀਕੇਸ਼ਨ ਫਾਰਮ ਪਲੱਸ ਅਪਲਾਈ ਔਨਲਾਈਨ ਦਾ ਲਿੰਕ ਔਰ ਨੋਟੀਫਿਕੇਸ਼ਨ ਵੀ ਤੁਹਾਨੂੰ ਦੇਨੇ ਆ ਤੁਸੀਂ ਚੈੱਕ ਕਰਕੇ ਉਥੋਂ ਵੀ ਅਪਲਾਈ ਕਰ ਸਕਦੇ ਹੋ ਜੀ ਜਲਦੀ ਜਾਓ ਜਾ ਕੇ ਚੈੱਕ ਕਰ ਲਓ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਲਈ ਬੈਸਟ ਸਟਡੀ ਮਟੀਰੀਅਲ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਪਲੱਸ ਸਾਡੀ ਵੈਬਸਾਈਟ ਦੀ ਰਾਈਟ ਸਾਈਡ ਤੇ ਵੀ ਮਿਲ ਜਾਵੇਗਾ ਤੁਸੀਂ ਉਥੋਂ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ ਸੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਅਫੀਸ਼ਲ ਨੋਟੀਫਿਕੇਸ਼ਨ ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰ ਲੈਨੇ ਆ ਇਹਨੂੰ ਅਪਲਾਈ ਕਰਨ ਦੀ ਡੇਟ ਕੀ ਰਹੇਗੀ ਸ ਹੋ ਚੁੱਕਾ ਹੈ ਜੀ ਐਂਡ ਲਾਸਟ ਡੇਟ ਜਿਹੜੀ ਹੈਗੀ ਹੈ 18/4/2021 ਰਹੇਗੀ ਇੱਥੇ ਤੁਸੀਂ ਕਲਿੱਕ ਕਰਨਾ ਹੈ ਇੱਥੇ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਲਿੰਕ ਤੁਹਾਨੂੰ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਉੱਥੋਂ ਵੀ ਤੁਸੀਂ ਸਿੱਧਕ ਡਾਊਨਲੋਡ ਜਿਹੜਾ ਹੈ ਕਰ ਪਾਉਗੇ ਜੀ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਡਾਊਨਲੋਡ ਕਰਕੇ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਸੋ ਇਹ ਪਰਤੀਆਂ ਜੀ ਜਿਹੜੀ ਆਊਟ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪਹਿਲੀ ਹੈ ਤਿੰਨ ਪਰਤੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲੀ ਪਰਤੀ ਜਿਹੜੀ ਹੈ ਕੇਸ ਵਰਕਰ ਦੀ ਹੈ ਜਿਸ ਦੇ ਵਿੱਚ ਦੋ ਪਰਤੀਆਂ ਆਊਟ ਕੀਤੀਆਂ ਗਈਆਂ ਨੇ ਨੈਕਸਟ ਹੈ ਜੀ ਕਾਉਂਸਲਰ ਦੀ ਭਰਤੀ ਹੈ ਜਿਸ ਦੇ ਵਿੱਚ ਇੱਕ ਹੈ ਮਲਟੀ ਪਰਪਸ ਹੈਲਪਰ ਦੀ ਜਿਹੜੀ ਇੱਕ ਭਰਤੀ ਆਊਟ ਕੀਤੀ ਗਈ ਹੈ ਜੀ ਇਸ ਦੇ ਵਿੱਚ ਇਹ ਭਰਤੀਆਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਉਹ ਦੱਸ ਦਿੰਨਾ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਦੇ ਵਿੱਚ ਉਹ ਇਸ ਦੇ ਵਿੱਚ ਜਿਹੜੀਆਂ ਨੇ ਵਨ ਸਟਾਪ ਸੈਂਟਰ ਫਾਜ਼ਿਲਕਾ ਦੇ ਵਿੱਚ ਸਟਾਫ ਦੀ ਜਿਹੜੀ ਭਰਤੀ ਦਾ ਇਸ਼ਤਿਹਾਰ ਹੈ ਉਹ ਆਊਟ ਕੀਤਾ ਗਿਆ ਹੈ ਜੀ ਸੋ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾਣਾ ਜੋ ਕਿ www.fazilka.nic.in ਤੇ ਜਾਣਾ ਹੈ ਤੁਸੀਂ ਉੱਥੋਂ ਜਾ ਕੇ ਜਿਹੜਾ ਹੈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਜਿਹੜਾ ਮੈਂ ਵੈਬਸਾਈਟ ਦਿਖਾਇਆ ਸੀਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਪ੍ਰੋਪਰ ਰੀਡ ਆਊਟ ਕਰ ਲੈਣੇ ਜੀ ਔਰ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਕਿ ਤੁਹਾਨੂੰ ਜਿਹੜਾ ਬਾਕੀ ਡਿਟੇਲਸ ਜਿਹੜੀਆਂ ਨੇ ਜਿੱਦਾਂ ਕਿ ਤੁਹਾਡੀ ਇਸ ਦੇ ਵਿੱਚ ਕੀ ਕੁਆਲਿਫੀਕੇਸ਼ਨ ਹੈ ਨਾ ੜੀ ਉਹ ਮੈਂ ਤੁਹਾਨੂੰ ਦੱਸ ਦਿੰਨੇ ਹਾਂ ਅਗਰ ਤੁਸੀਂ ਕੇਸ ਵਰਕਰ ਦੇ ਲਈ ਅਪਲਾਈ ਕਰ ਰਹੇ ਹੋ ਇਸ ਦੇ ਵਿੱਚ ਤੁਹਾਡੀ 12000 ਜਿਹੜੀ ਹੈ ਤੋਂ ਲੈ ਕੇ ਜਿਹੜੀ ਸੈਲਰੀ ਜਿਹੜੀ ਰਹੇਗੀ 24000 ਤੱਕ ਰਹੇਗੀ ਔਰ ਕੈਂਡੀਡੇਟ ਜਿਹੜੇ ਵੀ ਜਿਨ੍ਹਾਂ ਨੇ ਡਿਗਰੀ ਲਾਅ ਦੇ ਵਿੱਚ ਸੋਸ਼ਲ ਵਰਕ ਦੇ ਵਿੱਚ ਊਮਨ ਸਟਡੀ ਜਨਰਲ ਸਟਡੀ ਸੋਸ਼ੀਓਲੋਜੀ ਠੀਕ ਹੈ ਜੀ ਔਰ ਹਿਊਮਨ ਰਾਈਟਸ ਦੇ ਵਿੱਚ ਕੀਤੀ ਹੋਈ ਹੈ ਤਾਂ ਉਹਦੇ ਲਈ ਤੁਸੀਂ एलिਜੀਬਲ ਹੋ ਅਪਲਾਈ ਕਰ ਸਕਦੇ ਹੋ ਔਰ ਅਗਰ ਤੁਹਾਡਾ ਕੋਈ 2 ਸਾਲ ਦਾ ਐਕਸਪੀਰੀਅੰਸ ਹੈਗਾ ਇਸੇਮ ਵਰਕਰ ਵਰਕ ਐਕਸਪੀਰੀਅੰਸ ਦੇ ਵਿੱਚ ਤਾਂ ਤੁਸੀਂ ਇਹਦੇ ਲਈ एलिਜੀਬਲ ਹੋ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਜਿਹੜੀ ਡਿਜ਼ਾਇਰਡ ਕੁਆਲਿਫਿਕੇਸ਼ਨ ਹੈ ਡਿਜ਼ਾਇਰਡ ਓਕੇ ਕਿਸੇ ਵੀ ਕੋਈ ਵੀ ਕੈਂਡੀਡੇਟ ਫੀਮੇਲ ਜਿਹੜੀ ਹੈ ਉਹਨੇ ਲਾਰ ਡਿਗਰੀ ਕੀਤੀ ਹੋਈ ਹੈ ਮਾਸਟਰਸ ਕੀਤੀ ਹੋਈ ਹੈ ਸੋਸ਼ਲ ਵਰਕਸ ਦੇ ਵਿੱਚ ਐਟਲੀਸਟ 3 ਸਾਲ ਦਾ ਐਕਸਪੀਰੀਅੰਸ ਹੈ ਤਾਂ ਉਹਦੇ ਲਈ ਤੁਸੀਂ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਸੋ ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਕਿ ਜਿਹੜੇ ਵੀ ਕੈਂਡੀਡੇਟ ਜਿਹ ਪ੍ਰੈਜ਼ੀਡੈਂਟ ਉਹਨਗੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਕਾਉਂਸਲਰ ਦੀ ਪੋਸਟ ਹੈ ਜੀ ਫੀਮੇਲ ਦੀ ਇੱਕ ਪੋਸਟ ਹੈ 15000 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਤੁਸੀਂ ਮਾਸਟਰਸ ਕੀਤੀ ਹੋਈ ਹੈ ਸੋਸ਼ਲ ਵਰਕ ਕਲੀਨिकल ਫਿਜ਼ੀਓਲੋਜੀ ਦੇ ਵਿੱਚ ਪਲੱਸ ਇਸ ਤੋਂ ਬਾਅਦ ਤੁਸੀਂ ਐਟਲੀਸਟ 3 ਸਾਲ ਦਾ ਐਕਸਪੀਰੀਅੰਸ ਹੈਗਾ ਵਰਕ ਐਜ਼ ਅ ਕਾਉਂਸਲਰ ਦੇ ਵਿੱਚ ਕਿਸੇ ਵੀ ਮੈਂਟਲ ਹੈਲਥ ਜਾਂ ਕਿਸੇ ਵੀ ਹੈਲਥ ਇੰਸਟੀਚਿਊਟ ਦੇ ਵਿੱਚ ਜਾਂ ਕਲੀਨਿਕ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਵੀ ਜਿਹੜੀ ਪ੍ਰਿਫਰਡ ਕੁਆਲੀਫਿਕੇਸ਼ਨ ਹੈ ਮਾਸਟਰਸ ਮੰਗੀ ਗਈ ਹੈ ਜੋ ਕਿ ਸੋਸ਼ਲ ਵਰਕਰ ਕਲੀਨिकल ਫਿਜ਼ੀਓਲੋਜੀ ਦੇ ਵਿੱਚ ਮੰਗੀ ਗਈ ਹੈ 3 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਠੀਕ ਹੈ ਜੀ ਸੇਮ ਫਰੈਂਸ ਉਸ ਦੇ ਵਿੱਚ ਦਿੱਤੀ ਜਾਏਗੀ ਜੀ ਉਸ ਤੋਂ ਬਾਅਦ ਮਲਟੀ ਪਰਪਸ ਹੈਲਪਰ ਦੀ ਪਤਰੀ ਹੈ ਜੋ ਕਿ ਫੀਮੇਲ ਪੋਸਟ ਦੇ ਲਈ 10000 ਸੈਲਰੀ ਦਿੱਤੀ ਜਾਏਗੀ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਵਰਕਿੰਗ ਐਜ਼ ਅ ਹੈਲਪਰ অর ਪੀਐਨ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਜਿਹੜੀ ਹੈ ਜਿਹੜੀ ਇਹ ਵੀ ਡਿਜ਼ਾਇਰ ਕੈਂਡੀਡੇਟ ਨੇ ਉਹ ਆਪਣਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਪ੍ਰੋਪਰ ਇਕਵੇਰੀ ਰੀਡ ਆਊਟ ਕਰਕੇ ਤੁਸੀਂ ਜਿਹੜਾ ਪਰਫਾਰਮ ਜਿਹੜਾ ਨੀਚੇ ਦਿੱਤਾ ਗਿਆ ਇਹ ਫਿਲ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਆਪਣਾ ਨਾਮ ਅਪ ਜਿਸ ਵੀ ਪੋਸਟ ਲਈ ਅਪਲਾਈ ਕਰ ਰਹੇ ਹੋ ਫੁੱਲ ਨੇਮ ਠੀਕ ਹੈ ਜੀ ਡੇਟ ਆਫ ਬਰਥ ਜਿਹੜੀ ਤੁਹਾਡੇ ਸਰਟੀਫਿਕੇਟ ਤੇ ਹੈਗੀ ਹੈ ਪਲੱਸ ਤੁਸੀਂ ਇੱਥੇ ਆਪਣੀ ਇੱਕ ਫੋਟੋਗ੍ਰਾਫ ਜਿਹੜੀ ਹੈ ਉਹ ਅਟੈਚ ਕਰਨੀ ਜਿਹੜੀ ਰੀਸੈਂਟਲੀ ਪਾਸਪੋਰਟ ਸਾਈਜ਼ ਖਿਚਵਾਈ ਹੋਵੇ ਤੁਸੀਂ ਆਪਣਾ ਜੈਂਡਰ ਮੈਰਿਟਲ ਸਟੇਟਸ ਫਾਦਰ ਨੇਮ ਮੇਲਿੰਗ ਐਡਰੈਸ ਨਾਲ ਤੁਹਾਡਾ ਪਿੰਨ ਕੋਡ ਨਾਲ ਫੁੱਲ ਐਡਰੈਸ ਤੁਸੀਂ ਲਿਖਣਾ ਹੈ ਜੀ ਈਮੇਲ ਆਈਡੀ ਫਿਲ ਕਰ ਦੇਣੀ ਹੈ ਔਰ ਮੋਬਾਈਲ ਨੰਬਰ ਸਹੀ ਫਿਲ ਕਰਨਾ ਹੈ ਕਿਉਂਕਿ ਫਰਦਰ ਕੋਈ ਵੀ ਕਾਲ ਲੈਟਰ ਹੋਏਗਾ ਜਾਂ ਕੁਝ ਵੀ ਹੋਏਗਾ ਤੁਹਾਨੂੰ ਇਸ ਦੇ ਥਰੂ ਹੀ ਭੇਜਿਆ ਜਾ ਸਕਦਾ ਹੈ ਜੀ ਨੈਸ਼ਨੈਲਿਟੀ ਤੁਸੀਂ ਮੈਂਸ਼ਨ ਕਰ ਲੈਣੀ ਹੈ ਤੁਹਾਡੀ ਕੁਆਲੀਫਿਕੇਸ਼ਨ ਉਹਨਾਂ ਦੇ ਕੈਟਾਗਰੀ ਵਾਈਜ਼ ਲਿਖੀ ਹੋਈ ਹੈ ਤੁਸੀਂ ਜ਼ਰੂਰ ਮੈਂਸ਼ਨ ਕਰ ਲੈਣਾ ਜੀ ਨੈਕਸਟ ਥੋੜੀ ਜੇ ਤੁਹਾਡੇ ਪ੍ਰੋਫੈਸ਼ਨਲ ਐਕਸਪੀਰੀਅੰਸ ਹੈਗਾ ਤੁਸੀਂ ਉਹ ਮੈਂਸ਼ਨ ਕਰਨਾ ਕਿਉਂਕਿ ਐਕਸਪੀਰੀਅੰਸ ਰਿਕੁਆਇਰਡ ਹੈ ਸੋ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਹੀ ਅਪਲਾਈ ਕਰਨਾ ਉਸ ਤੋਂ ਬਾਅਦ ਨੈਕਸਟ ਅਗਰ ਕੋਈ ਹੋਰ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਉਹ ਵੀ ਇੱਥੇ ਮੈਂਸ਼ਨ ਕਰ ਸਕਦੇ ਹੋ 셀ਫ ਡੈਕਲਰੇਸ਼ਨ ਕਰਕੇ ਐਡਰੈਸ ਮੈਂਸ਼ਨ ਕਰਕੇ ਡੇਟ ਐਂਡ ਪਲੇਸ ਕਰਕੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਸੈਂਡ ਜਿਹੜਾ ਕਰ ਦੇਣਾ ਇਸ ਦੇ ਲਈ ਕੋਈ ਵੀ ਤੁਹਾਡੀ ਫੀ ਜਿਹੜੀ ਹੈ ਉਹ ਤੁਹਾਡੇ ਕੋਲੋਂ ਨਹੀਂ ਲਈ ਜਾਵੇਗੀ ਸੋ ਤੁਸੀਂ ਇਹ ਜਿਹੜੀ ਡਿਟੇਲ ਐ ਫਿਲ ਕਰਕੇ ਇੱਕ ਵਾਰੀ ਭੇਜ ਦੇਣਾ ਵੈਬਸਾਈਟ ਜ਼ਰੂਰ ਚੈੱਕ ਅਪਲਾਈ ਕਰਨਾ ਵੀ ਸਟਾਰਟ ਹੋ ਚੁੱਕ ਗਿਆ ਤੁਸੀਂ ਚੈੱਕ ਕਰਕੇ ਹੀ ਅਪਲਾਈ ਕਰਨਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਮੈਂ ਤੁਹਾਨੂੰ ਹੁਣ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਵੀਡੀਓ ਨੂੰ ਲਾਈਕ ਕਰ ਲੈਣਾ ਅਗਰ ਐਲੀਜੀਬਲ ਹੁੰਦੇ ਹੋ ਤਾਂ ਜਰੂਰ ਅਪਲਾਈ ਵੀ ਕਰ ਲੈਣਾ ਜੀ ਔਰ ਨਾਲ ਦੀ ਦੱਸਣਾ ਚਾਹਣਾ ਹੈ ਤੁਸੀਂ ਸਾਡੀ ਵੈਬਸਾਈਟ ਜੋ ਕਿ www.cleri.com ਹੈ ਉਸ ਤੇ ਵੀ ਇੱਕ ਵਾਰ ਵਿਜ਼ਿਟ ਕਰ ਲਓ ਕਿਉਂਕਿ ਹੋਰ ਵੀ ਕਈ ਵਰਤਿਆਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਆਊਟ ਹੋਏ ਨੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਜਲਦੀ ਨਾਲ ਜਾ ਕੇ ਅਪਲਾਈ ਵੀ ਕਰ ਲੈਣਾ ਜੀ ਸੋ ਇਹ ਜੀਗਾ ਅੱਜ ਦਾ ਨੋਟੀਫਿਕੇਸ਼ਨ ਜੀ ਹੁਣ ਤੁਹਾਨੂੰ ਮ ਨਾਲ ਨਵੀਂ ਵੀਡੀਓਜ਼ ਤਦ ਤੱਕ ਲਈ ਸਸਰੇ ਕਾਲ